ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਆਪ ਨੇ ਪੁੱਛਵਾਇਆ ਹੈ ਉਸ ਦੇ ਬਾਰੇ ਜਵਾਬ ਇਹ ਹੈ ਜੋ ਸਿੱਖ ਸਿਧਾਂਤ ਹੀ ਮੂਲ ਹੈ ਬੇਸਿਕ ਟੈਨੈਂਟ ਜਿਹੜਾ ਹੈ ਸਿੱਖੇ ਦਾ ਉਹ ਹੈ ਸਿੱਖੇ ਦੇ ਸਿਧਾਂਤ ਕਦੀ ਕਦੀ ਸ਼ਰਧਾ ਮਨੁੱਖ ਦੇ ਮਨ ਦੇ ਮਨੋਤ ਹੁੰਦੀ ਹੈ ਓਪੀਨੀਅਨ ਹੁੰਦੀ ਹੈ ਓਪੀਨੀਅਨ ਸ਼ਰਦਾ ਨਹੀਂ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਸਚਾ ਪਾਤਸ਼ਾਹ ਨੇ ਇਸ ਨੂੰ ਤ੍ਰਿੜ ਕਰ ਮਨੇ ਪਰਤੀਤ ਕਾਲ ਨਾ ਆਵੇ ਮੂੜੇ ਜੀਤ ਮਨ ਦੀ ਪ੍ਰਤੀਤੀ ਨੂੰ ਹੀ ਜਿਹੜੇ ਆਦਮੀ ਸ਼ਰਦਾ ਸਮਝਦੇ ਨੇ ਉਹ ਵੱਡੇ ਭੁਲੇਖੇ ਦੇ ਚੰ ਮੋੜ ਵੀ ਹਨ ਨਾ ਸਮਝ ਵੀ ਹਨ ਸ਼ਰਧਾ ਦੇ ਨਾਮ ਉੱਤੇ ਜੋ ਨਾ ਸਮਝੀ ਚਲਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਚ ਉਸ ਦੇ ਬੜੇ ਜ਼ਿਕਰ ਹਨ ਇੱਕ ਉਦਾਹਰਣ ਦੇਣਗਾ ਆਪ ਨੂੰ 1521 ਦੇ ਜਦੋਂ ਸੈਦਪੁਰ ਦੇ ਚ ਅਮਨਾਬਾਦ ਦੇ ਚ ਬਾਦਲ ਦੀ ਕਤਲਗਾਰਤ ਹੋਈ ਸੀ ਉਸ ਵਕਤ ਹਿੰਦੁਸਤਾਨ ਦੇ ਚ ਪਠਾਣਾ ਦਾ ਰਾਜ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਦੇ ਚਸ਼ਮਦੀਦ ਗਵਾਸ ਹਨ ਤੇ ਉਹ ਗਵਾਹੀ ਸਤਗੁਰੂ ਨੇ ਆਪਣੀ ਬਾਣੀ ਦੇ ਚ ਦਰਜ ਕੀਤੀ ਹੈ ਜਦੋਂ ਪਠਾਣਾ ਨੇ ਸੁਣਿਆ ਬਈ ਮੀਰ ਬਾਬਰ ਇਹ ਹੱਲਾ ਕਰਨ ਵਾਸਤੇ ਆ ਰਿਹਾ ਹੈ ਤੈ ਇਨਾ ਪਠਾਣਾ ਨੇ ਜਿੰਨੇ ਵੀ ਉਸ ਵਕਤ ਦੇ ਪੀਰ ਫਕੀਰ ਸਨ ਓਲਿਆ ਸਨ ਜਿਹੜੇ ਆਪਣੇ ਆਪ ਨੂੰ ਬਹੁਤ ਖੁਦਾਤਰ ਸਮਝਦੇ ਸਨ ਬਹੁਤ ਉੱਚ ਆਤਮਕ ਪਦਵੀ ਤੇ ਸਮਝਦੇ ਸਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਜਾ ਪਾਤਸ਼ਾਹ ਕਹਿੰਦੇ ਨੇ ਉਹਨਾਂ ਸਾਰਿਆਂ ਨੂੰ ਪਠਾਣਾ ਨੇ ਰੋਕ ਲਿਆ ਸੀ ਕੋਟੀ ਹੂ ਪੀਰ ਬਰਜ ਰਹਾਏ ਜਾਂ ਮੀਰ ਸੁਣਿਆ ਧਾਇ ਜਦੋਂ ਇਹ ਪਤਾ ਚੱਲਿਆ ਵੀ ਮੀਰ ਆ ਰਿਹਾ ਹੈ ਕਿਤਨੇ ਹੀ ਪੀਰ ਫਕੀਰ ਸਨ ਉਹਨਾਂ ਨੂੰ ਰੋਕ ਲਿਆ ਸੀ ਉਨਨ ਜਾਣ ਨਹੀਂ ਸੀ ਦਿੱਤਾ ਉਹਨਾਂ ਨੂੰ ਇਹ ਕਹਿੰਦੇ ਸੀ ਵੀ ਇਹ ਮੀਰ ਆ ਰਿਹਾ ਹੈ ਤੁਸੀਂ ਬੜੇ ਕਰਾਮਾਤੀ ਹੋ ਤੁਹਾਡੇ ਕੋਲ ਬਹੁਤ ਤੰਤਰ ਮੰਤਰ ਹਨ ਕਾਲੇ ਚਿੱਟੇ ਇਲਮ ਹਨ ਤੁਸੀਂ ਬੜਾ ਕੁਝ ਕਰਨ ਦੇ ਦਾਅਵੇ ਕਰਦੇ ਹੋ ਹੁਣ ਤੁਸੀਂ ਇਸ ਤਰ੍ਹਾਂ ਦੇ ਮੰਤਰ ਪੜੋ ਇਸ ਤਰ੍ਹਾਂ ਦੇ ਕੋਈ ਟੋਟਕੇ ਕਰੋ ਕਾਲੇ ਚਿੱਟੇ ਇਲਮ ਕਰੋ ਜਿਸ ਨਾਲੇ ਮੁਗਲ ਜਿਹੜੇ ਆ ਰਹੇ ਨੇ ਉਹ ਅੰਨੇ ਹੋ ਜਾਣ ਸਤਿਗੁਰੂ ਨੇ ਤਾਨਾ ਮਾਰਿਆ ਹੈ ਕੋਟੀ ਹੂੰ ਪੀਰ ਬਰਜ ਰਹਾਇਆ ਜਾਂ ਮੀਰ ਸੁਣਿਆ ਧਾਇ ਥਾਨ ਮੁਕਾਨ ਜਲੇ ਬਿਜ ਮੰਦਰ ਮੁਚ ਮੁਚ ਕੋਇਰ ਰੁਲਾਇਆ ਜਿਨ੍ਹਾਂ ਦੇ ਥਾਨ ਮੁਕਾਮ ਘਰ ਬਿਜ ਬਿਜ ਦੇ ਅਰਥ ਹੁੰਦੇ ਨੇ ਬਿਜਲੀ ਬਿਜਲੀ ਨੂੰ ਛੂਣ ਵਾਲੇ ਆ ਬਦਲਾ ਨੂੰ ਛੂਣ ਵਾਲੇ ਉੱਚੇ ਉੱਚੇ ਵੱਡ ਵੱਡੇ ਔਟਾਰੀਆਂ ਵਾਲੇ ਜਿਹੜੇ ਮੰਦਰ ਘਰ ਸਨ ਉਹਨਾਂ ਨੂੰ ਤ ਤਹਿਸ ਨਹਿਸ ਕਰ ਦਿੱਤਾ ਬਾਬਰ ਨੇ ਤੇ ਜਿਹੜੇ ਉਹਨਾਂ ਦੇ ਸ਼ਹਿਜ਼ਾਦੇ ਸਨ ਮੁਚ ਮੁਚ ਟੁਕੜੇ ਟੁਕੜੇ ਕਰਕੇ ਕੁਵਰ ਉਹਨਾਂ ਦੇ ਸ਼ਹਿਜ਼ਾਦੇ ਰੁਲਾਇਆ ਮਿੱਟੀ ਦੇ ਵਿੱਚ ਰੋਲ ਦਿੱਤਾ ਤੇ ਸੱਚਾ ਪਾਤਸ਼ਾਹ ਇੱਕ ਤਾਨਾ ਮਾਰਦੇ ਹੋਏ ਕਹਿੰਦੇ ਨੇ ਕੋਈ ਮੁਗਲ ਨਾ ਹੋਵਾ ਅੰਧਾ ਕਿਨੇ ਨਾ ਪਰਚਾ ਲਾਇਆ ਇਨਾਂ ਸਾਰੇ ਹੀ ਅਖੋਤੀ ਪੀਰ ਫਕੀਰ ਤਾਂਤਰਿਕ ਮਾਂਤਰਿਕ ਇਹ ਵੱਡੀਆਂ ਵੱਡੀਆਂ ਉੱਚੀਆਂ ਪਦਵੀਆਂ ਰੱਖਣ ਵਾਲੇ ਤਥਾ ਕਥਿਤ ਸੋ ਕੋਲ ਧਾਰਮਿਕ ਆਦਮੀ ਇਹਨਾਂ ਦੇ ਤੰਤਰ ਮੰਤਰ ਜੰਤਰ ਕਾਲੇ ਚਿੱਟੇ ਇਲਮ ਇਹਨਾਂ ਨਾਲ ਕੋਈ ਵੀ ਮੁਗਲ ਅੰਦਾ ਨਹੀਂ ਹੋਇਆ ਸੀ ਕਿਸੇ ਨੇ ਵੀ ਪਰਚਾ ਨਾ ਲਾਇਆ ਇਤਬਾਰ ਵੀ ਨਾ ਕੀਤਾ ਫਿਰ ਨਾ ਹੀ ਕੋਈ ਕਰਾਮਾਤ ਹੋਈ ਸਤਿਗੁਰੂ ਸੱਚਾ ਪਾਤਸ਼ਾਹ ਨੇ ਸਾਨੂੰ ਇਹ ਸਿਖਾਇਆ ਹੈ ਬਈ ਹਾਲਾਤ ਨੂੰ ਤੁਸੀਂ ਟੱਕਰ ਕਰਨ ਦੀ ਹਿੰਮਤ ਰੱਖੋ ਬਾਣੀ ਦਾ ਪਾਠ ਬਾਣੀ ਦਾ ਅਭਿਆਸ ਅੰਦਰ ਹਿੰਮਤ ਦੇਂਦਾ ਹੈ ਜਦੋਂ ਅਨੰਦਪੁਰ ਸਾਹਿਬ ਦੇ ਚ ਘੇਰਾ ਪਿਆ ਸੀ ਕਿੰਨੇ ਮਹੀਨੇਾਂ ਦਾ ਪਰ ਇੱਕ ਹਾਥੀ ਨੂੰ ਸ਼ਰਾਬ ਪਿਲਾ ਕੇ ਪਹਾੜੀ ਰਾਜੇ ਤੇ ਮੁਗਲ ਫੌਜਾਂ ਲੈ ਆਈਆਂ ਸਨ ਇਤਿਹਾਸ ਗਵਾਹ ਹੈ ਕੀ ਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚਾ ਪਾਤਸ਼ਾਹ ਨੇ ਉਸ ਵਕਤ ਆਪਣੇ ਸਿੱਖਾਂ ਨੂੰ ਕਿਹਾ ਸੀ ਸਿੱਖੋ ਮੇਰੇ ਉਚਾਰਨ ਕੀਤੀ ਹੋਈ ਹੁਣ ਚਉਪਈ ਸਾਹਿਬ ਦੇ ਪਾਠ ਕਰੀ ਜਾਓ ਇਕੋਤਰੀ ਕਰੋ 1 ਲੱਖ ਪਾਠ ਕਰੋ ਇਹ ਹਾਥੀ ਆਪੇ ਹੀ ਮੁਰ ਜਾਏਗਾ ਇਹ ਪਹਾੜੀ ਰਾਜੇ ਤੇ ਮੁਗਲ ਇਹ ਵੀ ਅੰਨੇ ਹੋ ਜਾਣਗੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚਾ ਪਾਤਸ਼ਾਹ ਨੇ ਕਿਹਾ ਸੀ ਨਹੀਂ ਸੀ ਕਿਹਾ ਅੰਮ੍ਰਿਤ ਵੇਲੇ ਦਾ ਵਕਤ ਛੇ ਅਸੀਂ ਕਹਿੰਦੇ ਆਂ ਵੀ ਅੰਮ੍ਰਿਤ ਵੇਲਾ ਨਾਮ ਜਪਣ ਦਾ ਵੇਲਾ ਹੈ ਵਾਕਈ ਨਾਮ ਜਪਣ ਦਾ ਵੇਲਾ ਹੈ ਪਰ ਹਾਲਾਤ ਹਾਜ਼ਰਾ ਜੋ ਜ਼ਾਹਰਾ ਹਾਲਾਤ ਸਨ ਸੱਚੇ ਪਾਤਸ਼ਾਹ ਨੇ ਨਹੀਂ ਕਿ ਆਓ ਬੈਠੋ ਸਿੱਖੋ ਇੱਥੇ ਆਨੰਦਪੁਰ ਸਾਹਿਬ ਦੇ ਚੋਂ ਮੇਰੇ ਸਮੇਤ ਮੇਰੀ ਉਚਾਰਨ ਕੀਤੀ ਹੋਈ ਬਾਣੀ ਨੂੰ ਗੁਰੂ ਨਾਨਕ ਦੀ ਬਾਣੀ ਨੂੰ ਨਾਮ ਨੂੰ ਸਾਰੇ ਜਪੋ ਐਸਾ ਨਹੀਂ ਸਿੱਖਿਆ ਸ਼ੋਭਾ ਦਾ ਵਕਤ ਸੀ ਭਾਈ ਬਚੇਤਰ ਸਿੰਘ ਨੂੰ ਥਾਪੜਾ ਦੇ ਕੇ ਘੋੜੇ ਤੇ ਸਵਾਰ ਹੋਏ ਭਾਈ ਬਚੇਤਰ ਸਿੰਘ 나ਗਨੀ ਵਰਛਾ ਹੱਥੇ ਪਕੜਵਾਇਆ ਸਤਿਗੁਰੂ ਨੇ ਤੇ ਕਿਹਾ ਉਹਨਾਂ ਦੇ ਦਰਵਾਜ਼ਾ ਤੋੜਨ ਤੋਂ ਪਹਿਲੇ ਬਚੇਤਰ ਸਿੰਘ ਦਰਵਾਜ਼ਾ ਆਪ ਖੋਲ ਤੇ ਘੋੜੇ ਉੱਤੇ ਬੈਠ ਕੇ ਇਹ ਜਿਹੜਾ 나ਗਨੀ ਵਰਛਾ ਹੈ ਉਸ ਹਾਥੀ ਦੇ ਮੱਥੇ ਉੱਤੇ ਇਸ ਤਰ੍ਹਾਂ ਦਾ ਮਾਰ ਜੋ ਵਾਪਸ ਮੁੜ ਜਾਏ ਚੀਖਦਾ ਹੋਇਆ ਆਪਣੀਆਂ ਫੌਜਾਂ ਨੂੰ ਰੋਂ ਦੇਵੇ ਗਵਾਈ ਹੈ ਨਾ ਸਾਡੇ ਕੋਲ ਗੁਰੂ ਹਰ Rai ਸਾਹਿਬ ਪਾਤਸ਼ਾਹ ਨੇ ਕੀਰਤਪੁਰ ਸਾਹਿਬ ਦੇ ਚ ਦਵਾਖਾਨਾ ਖੋਲੇ ਆ ਹੋਇਆ ਸੀ ਦਾਰਾ ਸ਼ਿਕੋ ਸ਼ਾਹਜਹਾਂ ਦਾ ਵੱਡਾ ਬੇਟਾ ਔਰੰਗਜ਼ੇਬ ਦਾ ਵੱਡਾ ਭਾਈ ਜਿਸ ਨੂੰ ਕਤਲ ਕਰਤਾ ਸੀ ਔਰੰਗਜ਼ੇਬ ਨੇ ਇਸ ਦੇ ਪੇਟ ਦੇ ਚ ਫਰੇਵਾ ਹੋਇਆ ਸੀ ਪੂਰੇ ਹਿੰਦੁਸਤਾਨ ਦੇ ਚੋਂ ਕਿੱਥੋਂ ਦਵਾਈ ਨਹੀਂ ਸੀ ਮਿਲੇ ਗੁਰੂ ਹਰ Rai ਸਾਹਿਬ ਪਾਤਸ਼ਾਹ ਦੇ ਦਵਾਖਾਨੇ ਤੋਂ ਜੋ ਉਹਨਾਂ ਨੇ ਖੋਲਿਆ ਹੋਇਆ ਸੀ ਇੱਕ ਕਿਸਮ ਦੀ ਹਰੜ ਮਿਲੇ ਸੀ ਜਿਸ ਦੇ ਖਾਣ ਨਾਲੇ ਦਾਰਾ ਸ਼ਿਕੋਦਾ ਫਰੇਵਾਂ ਖਤਮ ਹੋਇਆ ਸੀ ਗਰੀਬ ਨ왈 ਸਜਾ ਪਾਤਸ਼ਾਹ ਚਾਹੰਦੇ ਸਰਬ ਕਲਾ ਸਮਰਥ ਚਾਹੰਦੇ ਕਿਸੇ ਬਾਤੇ ਦੇ ਚ ਫੋਕੇ ਮਾਰਦੇ ਪਾਣੀ ਭੇਜਦੇ ਮੰਤਰ ਪੜਦੇ ਗੁਰਮੰਤਰ ਪੜਦੇ ਮੂਲ ਮੰਤਰ ਪੜਦੇ ਬਾਣੀ ਦਾ ਪਾਠ ਕਰਦੇ ਤੇ ਉਹ ਪਾਣੀ ਭੇਜ ਦਿੰਦੇ ਪਰ ਨਹੀਂ ਸੀ ਭੇਜਿਆ ਸਤਗੁਰੂ ਨੇ ਇੰਨਾ ਗੱਲਾਂ ਨੂੰ ਸ਼ਰਧਾ ਕਿਹਾ ਹੀ ਨਹੀਂ ਸ਼ਰਧਾ ਉਹ ਹੈ ਜੋ ਸਿਧਾਂਤ ਹੈ ਤੇ ਸਿਧਾਂਤ ਹੈ ਜਿਹੜੇ ਸਿੱਖ ਸਿਧਾਂਤ ਨੂੰ ਤਹਿਸ ਨਹਿਸ ਕਰਕੇ ਸਿਧਾਂਤ ਨੂੰ ਓਵਰਟੇਕ ਕਰਕੇ ਸਿਧਾਂਤ ਨੂੰ ਓਵਰਲੁੱਕ ਕਰਕੇ ਸਿਧਾਂਤ ਦੀਆਂ ਧੱਜੀਆਂ ਉੜਾ ਕੇ ਮਨਮਰਜ਼ੀ ਕਰਦੇ ਨੇ ਤੇ ਉਸ ਮਨਮਰਜ਼ੀ ਨੂੰ ਉਸ ਮਨੋਤ ਨੂੰ opinion ਨੂੰ ਸ਼ਰਦਾ ਕਹਿੰਦੇ ਨੇ ਉਹ ਗੁਰੂ ਤੋਂ ਉਲਟ ਚੱਲਦੇ ਨੇ ਗੁਰੂ ਦੇ ਦੇਣਦਾਰਨ ਪਰ ਮੁਸ਼ਕિલે ਆਉਂਦੀ ਹੈ ਜਦੋਂ ਸਾਡੀ ਦੁਨੀਆ ਦੇ ਚੋਕੇ ਇਲੈਕਸ਼ਨ ਦਾ ਕਿਸ ਤਰ੍ਹਾਂ ਦਾ ਸਿਸਟਮ ਹੈ ਇਲੈਕਸ਼ਨ ਜਿੱਤ ਕੇ ਜਿਹੜਾ ਆਉਂਦਾ ਹੈ ਨੈਕਸਟ ਇਲੈਕਸ਼ਨ ਤੱਕ ਉਹ ਆਪਣੇ ਆਪ ਨੂੰ ਮਾਲਕ ਸਮਝਦਾ ਹੈ ਜੇ ਉਸ ਨੂੰ ਸੋਝੀ ਨਹੀਂ ਹੈ ਜੇ ਉਸ ਨੂੰ ਬਾਣੀ ਦਾ ਪਤਾ ਨਹੀਂ ਹੈ ਤੇ ਬਾਣੀ ਦੀਆਂ ਗੱਲਾਂ ਕਰਨ ਵਾਲੇ ਉਹਨਾਂ ਦੇ ਥਾਪੇ ਹੋਏ ਆਦਮੀ ਜਿਨ੍ਹਾਂ ਨੂੰ ਉਹ ਬਹੁਤ ਵੱਡਾ ਸਤਿਕਾਰ ਦੇਂਦੇ ਨੇ ਉਹਨਾਂ ਨੂੰ ਦਿੰਦੇ ਨੇ ਉਸ ਨੂੰ ਕਾਜ਼ੀ ਕਹਿੰਦੇ ਨੇ ਉਸ ਨੂੰ ਮੁੱਲਾ ਕਹਿੰਦੇ ਨੇ ਇਹ ਜਿਹੜਾ ਪਰਸਪਰ ਮਿਚੁਅਲ ਇੱਕ ਦੂਜੇ ਦੀ ਵਡਿਆਈ ਕਰਕੇ ਸਿੱਖੀ ਗੁਰਮਤਿ ਗੁਰੂ ਦੇ ਸਿਧਾਂਤ ਨੂੰ ਤੋੜਦੇ ਨੇ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਲੱਗਦਾ ਹੈ ਆਵੇ ਕਿਥੋਂ ਦਰਸਲ ਦਾਸ ਅਕਸਰ ਕਹਿੰਦਾ ਹੁੰਦਾ ਹੈ ਤੇ ਇੱਕ ਵਾਰੀ ਬੇਦਰ ਕਥਾ ਕਰਦੇ ਹੋਏ ਵੀ ਕਿਹਾ ਸੀ ਵੀ ਤਿੰਨ ਪੰਜ ਜਾਨਵਰ ਦੁਨੀਆ ਦੇ ਵਿੱਚ ਬੜੀ ਮੋਟੀ ਖਲਦੇ ਹੁੰਦੇ ਨੇ ਗੈਂਡਾ ਹਾਥੀ ਸੂਵਰ ਕਛੂਕੂਮਾ ਇਹ ਬਹੁਤ ਮੋਟੀ ਖਲ ਦੇ ਹੁੰਦੇ ਨੇ ਜੇ ਇਹ ਖਲ ਮੋਟੀ ਖਲ ਦੇ ਜਾਨਵਰਾਂ ਦੀ ਖਲ ਇਕੱਠੀ ਕਰ ਲਈ ਜਾਏ ਤਈ ਇੱਕ ਖਲ ਬਣਦੀ ਹੈ ਪੋਲਿਟਿਸ਼ੀਅਨ ਦੀ ਸਿਆਸਤਦਾਨ ਦੀ ਮਾਲਕ ਬਖਸ਼ਿਸ਼ ਕਰੇ ਕਿਸੇ ਨੂੰ ਇਸ ਤਰ੍ਹਾਂ ਦੀ ਪਾਗਲਪੰਤੀ ਦੀ ਸਿਆਸਤਦਾਨੀ ਦੇ ਰਸਤੇ ਉੱਤੇ ਨਾ ਚਲਾਏ ਖਾਸ ਕਰਕੇ ਜਿਹੜੇ ਧਾਰਮਿਕ ਸਥਾਨਾਂ ਉੱਤੇ ਹਨ ਉੰਨਾ ਨੋਤਾਇਸ ਦੇ ਸੋਜੀ ਹੋਣੀ ਚਾਹੀਦੀ ਹੈ। ਤੋਂ ਸੱਚੇ ਪਾਤਸ਼ਾਹ ਨੇ ਸਾਨੂੰ ਜਿਹੜੇ ਸਿਧਾਂਤ ਦਿੱਤੇ ਨੇ ਉਹ ਸਿਧਾਂਤ ਨੂੰ ਸਮਝਣਾ ਚਾਹੀਦਾ ਹੈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਆਈ ਵਿਟਨੈਸ ਸਨ ਉਸ ਵਕਤ ਦੇ ਉਹਨਾਂ ਨੇ ਲਿਖਿਆ ਹੈ ਮੁਗਲ ਪਠਾਣਾ ਭਈ ਲੜਾਈ ਰਣ ਮੈਂ ਤੇਗ ਵਗਾਈ ਉਨੀ ਤੁਪਕਤਾਂ ਚਲਾਈ ਉਨੀ ਹਸਤ ਚਿੜਾਈ ਜਿੰਕੀ ਚੀਰੀ ਦਰਗਾਹ 파ਟੀ ਤੇ ਨਾ ਮਰਨਾ ਭਾਈ ਮੁਗਲ ਪਠਾਣਾ ਦੀ ਲੜਾਈ ਹੋਈ ਸੀ ਇਹਨਾਂ ਦੇ ਕੋਲ ਤੰਤਰ ਮੰਤਰ ਜੰਤਰ ਕਾਲੇ ਚਿੱਟੇ ਇਲਮ ਤੇ ਨਾਲੇ ਪੁਰਾਣੇ ਬੋਸੀ ਦਾ ਹੰਡੇ ਵਰਤੇ ਹੋਏ ਆਊਟ ਆਫ ਡੇਟਡ ਹਥਿਆਰ ਸਨ ਤੇ ਮੁਗਲ ਜਿਹੜੇ ਸਨ ਉਹਨਾਂ ਕੋਲੋਂ ਲੇਟੈਸਟ ਬਿਲਕੁਲ ਸੋਫਿਸਟੀਕੇਟਿਡ ਅਮੂਨੀਸ਼ਨ ਲੈ ਕੇ ਆਏ ਸੀ ਇਹਨਾਂ ਦੇ ਹੱਥ ਦੇ ਤਾਂ ਇਹਨਾਂ ਦੀਆਂ ਜਿਹੜੇ ਹਥਿਆਰ ਸਨ ਉਹ ਚਿੜਚਿੜ ਕਰਦੇ ਰਹੇ ਹੁੰਦੇ ਰਹੇ ਮੁਗਲਾ ਨੇ ਦੂਰੋਂ ਹੀ ਇਹਨਾਂ ਦੀ ਧੱਜੀਆਂ ਉਡਾ ਦਿੱਤੀਆਂ ਤੋਂ ਸਾਨੂੰ ਸਮਝਣਾ ਪਏਗਾ ਜਿਹੜੇ ਹਾਲਾਤ ਹਨ ਉਸ ਦਾ ਟਕਰਾ ਉਸੇ ਤਰੀਕੇ ਨਾਲ ਕਰਨਾ ਹੈ ਜੇ ਬਿਮਾਰੀ ਹੈ ਤਾਂ ਦਵਾਈ ਲੈਣੀ ਪਏਗੀ ਬਾਣੀ ਨਾਮ ਸਿਮਰਨ ਦੁਆ ਅਰਦਾਸ ਇਹ ਆਤਮਿਕ ਦ੍ਰਿੜਤਾ ਦੇਂਦੀ ਹੈ ਸਰੀਰ ਦੇ ਜਿਹੜਾ ਵਾਇਰਸ ਹੈ ਸਰੀਰ ਦੇ ਜਿਹੜਾ ਵਿਆਦ ਹੈ ਜੇ ਅਫਰੇਵਾ ਹੈ ਦਾਰਾ ਸ਼ਿਕੋ ਨੂੰ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਹਰੜ ਭੇਜੀ ਸੀ ਦਵਾਈ ਭੇਜੀ ਸੀ ਨਾ ਕਿ ਕੋਈ ਤੰਤਰ ਮੰਤਰ ਭੇਜਿਆ ਸੀ ਨਾ ਕੋਈ ਹੋਰ ਚੀਜ਼ ਭੇਜੀ ਸੀ ਇਹ ਸਮਝ ਆਣੀ ਚਾਹੀਦੀ ਹੈ ਹਾਸ ਹੈ ਆਪ ਨੂੰ ਥੋੜਾ ਜਾਂ ਖਿਆਲ ਦੇ ਚ ਆ ਗਿਆ ਹੋਵੇਗਾ ਗੁਰੂ ਰਾਖਾ ਗੁਰੂ ਵੰਸ਼ੰ ਗਿਆਨੀ ਅਰਿੰਦਰ ਸਿੰਘ ਅਲਵਰ ਬੋਲ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ